ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਅੱਜ ਅਸੀਂ ਇੱਕ ਵਾਰ ਫਿਰ ਨਵੀਂ ਵੀਡੀਓ ਲੈ ਕੇ ਹਾਜ਼ਰ ਹਾਂ ਪ੍ਰਵੀਨ ਫੁਲਕਾਰੀ ਹਾਊਸ ਦੇ ਵਿੱਚ, ਚੈਨਲ ਦੇ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਸਵਾਗਤ ਹੈ। ਸੋ ਹਫ਼ਤਾਵਾਰ ਅਸੀਂ ਹਰ ਵੀਡੀਓ ਨਵੀਂ ਲੈ ਕੇ ਆਉਂਦੇ ਹਾਂ। ਪਿਛਲੇ ਕੁਛ ਸਮੇਂ ਤੋਂ ਅਸੀਂ ਲੰਬੇ ਸਮੇਂ ਦੇ ਵਿੱਚ 15-20 ਦਿਨ ਵੀਡੀਓਜ਼ ਨਹੀਂ ਸੀ ਅਪਲੋਡ ਕੀਤੀਆਂ। ਉਹਦਾ ਰੀਜ਼ਨ ਇਹ ਸੀਗਾ ਕਿ ਜਿਹੜੀ ਵੀ ਸਾਡੀ ਟੀਮ ਹੈ ਪਰਿਵਾਰ ਦੀ, ਮੇਰੇ ਭੈਣ ਭਰਾਵਾਂ ਦੀ, ਉਹਨਾਂ ਦੇ ਕੁਛ ਇਗਜ਼ਾਮ ਦੇ ਕਰਕੇ ਥੋੜ੍ਹਾ ਜਿਹਾ, ਤੁਹਾਨੂੰ ਪਤਾ, ਐਡੀਟਿੰਗ ਦਾ ਕੰਮ ਅਤੇ ਸਾਰਾ ਵੀ ਵੀਡੀਓ ਸ਼ੂਟ ਦਾ ਕੰਮ ਉਹੀ ਕਰਦੇ ਨੇ। ਸੋ ਇਸ ਰੀਜ਼ਨ ਕਰਕੇ ਅਸੀਂ ਵੀਡੀਓ ਜਿਹੜੀ ਅਪਲੋਡ ਨਹੀਂ ਕਰ ਪਾਏ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਤੁਹਾਡੇ ਨਾਲ ਜੁੜੇ ਰਹਿਣ ਦੀ। ਮੈਂ ਪੋਸਟਸ ਇੰਸਟਾਗ੍ਰਾਮ, ਫੇਸਬੁੱਕ ਜਾਂ ਇਹਦੇ ਯੂਟਿਊਬ 'ਤੇ ਰਾਹੀਂ ਹਮੇਸ਼ਾ ਪਾਉਂਦੇ ਰਹਿੰਦੇ ਹਾਂ। ਸੋ ਪਹਿਲਾਂ ਤਾਂ ਉਹਦੇ ਲਈ ਮਾਫ਼ੀ ਮੰਗਦੇ ਹਾਂ, ਪਰ ਅਸੀਂ ਹੁਣ ਲਗਾਤਾਰ ਤੁਹਾਨੂੰ ਹਰ ਹਫ਼ਤੇ ਜਿਹੜੀਆਂ ਵੀਡੀਓਜ਼ ਆਉਣਗੀਆਂ। ਸੋ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਇੱਕ ਅਲੱਗ ਅਲੱਗ ਵੀਡੀਓ ਜਿਹੜੀ ਅਪਲੋਡ ਕਰੀਏ, ਪਰ ਇਸ ਵਾਰ ਸਾਡੇ ਕੋਲ ਸੂਟਾਂ ਦੀ ਕਲੈਕਸ਼ਨ ਜ਼ਿਆਦਾ ਹੈ। ਹੋ ਸਕਦਾ ਇਹ ਵੀਡੀਓ ਨੂੰ ਅਸੀਂ ਦੋ ਭਾਗਾਂ ਦੇ ਵਿੱਚ ਪਾਈਏ ਅਤੇ ਤੁਸੀਂ ਉਹ ਜ਼ਰੂਰ ਵੇਖਿਓ। ਸੋ ਸਭ ਤੋਂ ਪਹਿਲਾਂ, ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਪ੍ਰਵੀਨ ਫੁਲਕਾਰੀ ਹਾਊਸ ਜਿਹੜਾ ਸਾਡਾ ਹੈ, ਅਸੀਂ ਫੁਲਕਾਰੀ ਅਤੇ ਬਾਗ ਬਣਾਉਂਦੇ ਹਾਂ। ਸੋ ਅਸੀਂ ਫੁਲਕਾਰੀ ਅਤੇ ਬਾਗ ਬਣਾਉਂਦੇ ਹਾਂ ਹੱਥ ਦੀਆਂ ਜਿੰਨੀਆਂ ਵੀ ਰਵਾਇਤੀ ਕਢਾਈਆਂ ਅਸੀਂ ਕਰਦੇ ਹਾਂ। ਸੋ ਪ੍ਰਵੀਨ ਫੁਲਕਾਰੀ ਹਾਊਸ ਦਾ ਮੇਨ ਜਿਹੜਾ ਮਕਸਦ ਆ, ਅਸੀਂ ਵੱਖ ਵੱਖ ਡਿਜ਼ਾਈਨਾਂ 'ਤੇ ਕੰਮ ਕਰਦੇ ਹਾਂ, ਵੱਖ ਵੱਖ ਤਰੀਕਿਆਂ ਨਾਲ ਜਿਹੜਾ ਹੈ ਫੁਲਕਾਰੀ ਬਾਗ ਨੂੰ ਨਵੇਂ ਸਿਰੇ ਜਿਹੜੇ ਆ ਰਿਪ੍ਰਜੈਂਟ ਕਰਦੇ ਹਾਂ। ਬਾਗ ਫੁਲਕਾਰੀਆਂ ਉਹੀ ਜਿਹੜੀਆਂ ਪੁਰਾਣੀਆਂ ਆਪਾਂ ਆਪਣੀ ਦਾਦੀ ਨਾਨੀ ਦੇ ਕੋਲ ਦੇਖਦੇ ਹਾਂ, ਉਹੀ ਚੀਜ਼ਾਂ ਅਸੀਂ ਮੁੜ ਤੋਂ ਸੁਰਜੀਤ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਾਣੇ ਜਿਹੜੇ ਆ ਖਰੀਦੋਗੇ, ਅਤੇ ਹੋਰ ਵੀ ਲੋਕਾਂ ਤੱਕ ਇਹਨਾਂ ਵੀਡੀਓਜ਼ ਦੇ ਜ਼ਰੀਏ ਤੁਸੀਂ ਸ਼ੇਅਰ ਕਰੋਗੇ ਤਾਂ ਜੋ ਹੋਰ ਵੀ ਲੋਕਾਂ ਨੂੰ ਇਹਨਾਂ ਦੀ ਜਾਣਕਾਰੀ ਹੋ ਸਕੇ। ਸਭ ਤੋਂ ਪਹਿਲਾਂ, ਅਗਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਪਲੀਜ਼ ਸਬਸਕ੍ਰਾਈਬ ਅਵਰ ਚੈਨਲ, ਸਾਡਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਹ ਸਾਡਾ ਚੈਨਲ ਹੈ, ਇਹਦੇ 'ਤੇ ਅਸੀਂ ਕੁਛ ਇਸ 'ਤੇ ਪਿੱਛੇ ਕੁਛ ਅਸੀਂ ਜਿਹੜੀਆਂ ਨਵੀਆਂ ਪਿਛਲੀਆਂ ਵੀਡੀਓਜ਼ ਵੀ ਅਪਡੇਟ ਕੀਤੀਆਂ ਹੋਈਆਂ, ਅਤੇ ਆਹ ਅਸੀਂ ਜਿਹੜੀ ਆ ਰੀਸੈਂਟਲੀ ਅਪਡੇਟ ਕੀਤੀ ਸੀਗੀ 7-8 ਦਿਨ ਪਹਿਲਾਂ, ਅਤੇ ਆਹ ਜਿਹੜੀ ਆ 1 ਮੰਥ ਹੋ ਗਿਆ ਜਿਹੜੀ ਵੀਡੀਓ ਅਪਲੋਡ ਕੀਤੀ ਸੀ। ਅਸੀਂ ਵੀਡੀਓਜ਼ ਅਪਲੋਡ, ਇਹ ਸਾਡਾ ਔਫੀਸ਼ੀਅਲ ਯੂਟਿਊਬ ਜਿਹੜਾ ਚੈਨਲ ਆ, ਇਹਦੇ 'ਤੇ ਹੀ ਤੁਹਾਨੂੰ ਜਿਹੜੀਆਂ ਹਰ ਵੀਡੀਓਜ਼ ਜਿਹੜੀਆਂ ਹਰ ਅਸੀਂ ਜਿਹੜਾ ਸਾਡਾ ਡਾਟਾ ਫੇਸਬੁੱਕ ਜਾਂ ਇੰਸਟਾਗ੍ਰਾਮ ਦਾ ਲਿੰਕ ਇੱਥੇ ਜਾ ਕੇ ਮਿਲ ਜਾਏਗਾ। ਸਾਡੇ ਨੰਬਰਸ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਇਹਦੇ 'ਤੇ ਅਪਲੋਡ ਕਰਨ ਦੀ। ਸੋ ਵੀਡੀਓ ਸ਼ੁਰੂਆਤ ਕਰਨ ਤੋਂ ਪਹਿਲਾਂ, ਅਗਰ ਤੁਸੀਂ ਫੁਲਕਾਰੀ ਬਾਗ ਖਰੀਦਣੇ ਨੇ ਤਾਂ ਤੁਸੀਂ ਸਾਡੇ ਨੰਬਰਸ ਲਿਖ ਲਓ, 9501205488, 8054621977, 80546219 9705 120 5488, ਇਹ ਦੋਵੇਂ ਨੰਬਰਸ 'ਤੇ ਜਾ ਕੇ ਸਾਨੂੰ ਕਾਲ ਕਰ ਸਕਦੇ ਹੋ, ਫੁਲਕਾਰੀਆਂ ਬਾਗ ਬਾਏ ਕਰ ਸਕਦੇ ਹੋ। ਅਤੇ ਸਾਡਾ ਘਰ ਦਾ ਜਿਹੜਾ ਪਤਾ ਹੈ, ਅਗਰ ਤੁਸੀਂ ਘਰੋਂ ਆ ਕੇ ਸਿੱਧੀਆਂ, ਸਾਡਾ ਕੋਈ ਆਊਟਲੈਟ ਕਿਤੇ ਵੀ ਦੁਨੀਆ ਦੇ ਵਿੱਚ ਨਹੀਂ ਹੈ, ਅਸੀਂ ਸਿਰਫ ਆਪਣੇ ਘਰ ਤੋਂ ਹੀ ਜਿਹੜਾ ਪ੍ਰਵੀਨ ਫੁਲਕਾਰੀ ਹਾਊਸ ਡੀਲ ਕਰਦੇ ਹਾਂ। ਸੋ ਪ੍ਰਵੀਨ ਫੁਲਕਾਰੀ ਹਾਊਸ M636/12 ਲਾਹੌਰ ਰੋਡ, ਪੱਟੀ ਸਾਡਾ ਸ਼ਹਿਰ ਹੈ ਤਰਨ ਤਾਰਨ ਜ਼ਿਲ੍ਹਾ, 143416। ਤੁਸੀਂ ਗੂਗਲ 'ਤੇ ਜਾ ਕੇ ਲੋਕੇਸ਼ਨ ਵੀ ਸਰਚ ਕਰ ਸਕਦੇ ਹੋ, ਅਤੇ ਇਸ ਵੀਡੀਓ ਦੇ ਵਿੱਚ ਮੈਂ ਗੂਗਲ ਦੀ ਲੋਕੇਸ਼ਨ ਅਟੈਚ ਵੀ ਕਰ ਦੂੰਗੀ। ਤੁਸੀਂ ਅਗਰ ਸਿੱਧਾ ਆ ਕੇ ਦੇਖਣੀਆਂ ਹੋਣ ਤਾਂ ਤੁਹਾਡਾ ਸਵਾਗਤ ਹੈ। ਸੋ ਮੇਨ ਖਾਸ ਸਾਡਾ ਜਿਹੜੇ ਬਾਗ ਫੁਲਕਾਰੀਆਂ ਦੇ, ਮੈਂ ਤੁਹਾਨੂੰ ਥੋੜ੍ਹੇ ਜਿਹੇ ਰੇਟਸ ਜਿਹੜੇ ਦੱਸ ਦਿੰਦੀ ਹਾਂ। ਬਾਗ ਜਿਹੜੇ ਸਾਡੇ ਸ਼ੁਰੂਆਤ ਹੁੰਦੇ ਆ 6,000 ਤੋਂ ਸਟਾਰਟ ਹੋ ਕੇ, ਮਤਲਬ ਵਿਰਲੇ ਬਾਗ, ਅਤੇ ਜਿਹੜੇ 15,000 ਤੱਕ ਜਿਹੜੇ ਆ ਸੰਘਣੇ, ਬਹੁਤ ਹੀ ਸੰਘਣੇ ਬਾਗ ਚਲੇ ਜਾਂਦੇ ਆ। ਫੁਲਕਾਰੀਆਂ ਜਿਹੜੀਆਂ ਹੁੰਦੀਆਂ ਸਾਡੇ ਕੋਲ 3,000 ਤੋਂ ਸਟਾਰਟ ਹੋ ਕੇ 5,500-6,000 ਤੱਕ ਜਿਹੜੀ ਆ ਫੁਲਕਾਰੀ ਹੈਗੀ। ਸਾਡੀਆਂ ਸਾਰੀਆਂ ਫੁਲਕਾਰੀਆਂ, ਸਾਰੇ ਬਾਗ, ਸਾਰੀਆਂ ਕੋਈ ਵੀ ਸਾਡੀ ਜਿਹੜੀ ਚੀਜ਼ ਆ, ਸਾਰੀ ਹੱਥ ਦੀ ਕਢਾਈ ਦੀ ਹੁੰਦੀ ਹੈ, ਅਤੇ ਅਸੀਂ ਕੋਈ ਵੀ ਜਿਹੜੀ ਆ ਮਸ਼ੀਨ ਮੇਡ ਨਹੀਂ ਕਰਦੇ। ਸੋ ਇਹ ਸਾਡੀ ਜਿਹੜੀ ਆ ਖਾਸੀਅਤ ਹੈ ਪ੍ਰਵੀਨ ਫੁਲਕਾਰੀ ਹਾਊਸ ਦੀ। ਸੋ ਇਹ ਸਾਡੀਆਂ ਸਾਰੀਆਂ ਰਵਾਇਤੀ ਕਢਾਈਆਂ ਦੀਆਂ ਜਿਹੜੀਆਂ ਫੁਲਕਾਰੀਆਂ ਬਾਗ ਹੁੰਦੀਆਂ। ਅਤੇ ਇੱਕ ਬੇਨਤੀ ਹੋਰ ਆ, ਅਗਰ ਤੁਸੀਂ ਕੋਈ ਚੀਜ਼ ਕਸਟਮਾਈਜ਼ ਕਰਾਉਣੀ ਆ, ਕੋਈ ਵੀ ਫੁਲਕਾਰੀ ਬਾਗ, ਅਗਰ ਤੁਸੀਂ ਆਪਣੇ ਰੰਗ ਤੁਹਾਡੇ ਕੁਛ ਪਸੰਦੀਦਾ ਹੈ ਜਾਂ ਤੁਹਾਡੇ ਕੋਈ ਸੂਟ ਨਾਲ ਮੈਚਿੰਗ ਆ ਜਾਂ ਕੋਈ ਤੁਹਾਡੀ ਬ੍ਰਾਈਡਲ ਡਰੈਸ ਦੇ ਨਾਲ ਮੈਚਿੰਗ ਆ, ਤੁਸੀਂ ਉਹਨਾਂ ਦੇ ਲਈ ਸਾਨੂੰ ਘੱਟ ਤੋਂ ਘੱਟ ਜਿਹੜਾ 2-2.5 ਮਹੀਨੇ ਦਾ ਸਮਾਂ ਦਿਓ, ਅਤੇ ਕਿਉਂਕਿ ਸਾਡਾ ਹੱਥ ਦਾ ਕੰਮ ਹੁੰਦਾ। ਸੋ ਸਿੰਗਲ ਆਰਟੀਸਨ ਹਰ ਇੱਕ 'ਤੇ ਕੰਮ ਕਰਦਾ, ਅਤੇ ਸਾਡੇ ਕੋਲ ਜਿਹੜੀਆਂ ਸਾਡੇ ਪਿੰਡਾਂ 'ਚ ਬੀਬੀਆਂ ਦਾ ਗਰੁੱਪ ਆ, ਜਿਹੜੇ 200 ਤੋਂ ਵੱਧ ਬੀਬੀਆਂ, ਅਤੇ ਸਾਡਾ ਇਹਦੇ ਨਾਲ ਜਿਹੜਾ ਜ਼ਿਲ੍ਹੇ ਦੇ ਵਿੱਚ ਰੁਜ਼ਗਾਰ ਮੁਹੱਈਆ ਹੁੰਦਾ। ਸੋ ਬਹੁਤ ਸਾਰੇ ਘਰਾਂ ਤੱਕ ਅਗਰ ਤੁਸੀਂ ਇੱਕ ਬਾਗ ਫੁਲਕਾਰੀ ਖਰੀਦਦੇ ਹੋ, ਸੋ ਉਹਦੇ ਨਾਲ ਜਿਹੜਾ ਕਿੰਨੇ ਘਰਾਂ ਦੇ ਵਿੱਚ ਰੁਜ਼ਗਾਰ ਜਿਹੜਾ ਪੈਂਦਾ। ਸੋ ਇਹੋ ਜਿਹੇ ਜਿਹੜੇ ਆ
ਤੁਸੀਂ ਲੋਕਲ ਆਰਟੀਸਨਸ ਤੋਂ ਜ਼ਰੂਰ ਖਰੀਦੋ, ਇੰਨੀ ਕੁ ਸਾਡੀ ਬੇਨਤੀ ਹੈ। ਅਤੇ ਵੀਡੀਓ ਸ਼ੁਰੂਆਤ ਕਰਨ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸਣਾ ਜ਼ਰੂਰ ਜਿਹੜਾ ਦੱਸ ਜਾਊਂਗੀ। ਸਾਡੀ ਵੀਡੀਓ ਦੇ ਵਿੱਚ ਜਿੰਨੀ ਵੀ ਤੁਸੀਂ ਇਹ ਮਿਹਨਤ ਵੇਖਦੇ ਹੋ, ਇੱਕ ਜਣੇ ਦੀ ਨਹੀਂ, ਪੂਰੀ ਸਾਡੇ ਪਰਿਵਾਰ ਦੀ ਮਿਹਨਤ ਹੁੰਦੀ ਹੈ। ਸੋ ਸਾਡੀ ਐਡੀਟਿੰਗ, ਸੋ ਸਾਡਾ ਜਿਹੜਾ ਪਰਿਵਾਰ ਵੀ ਕੰਮ ਕਰਦਾ, ਅਤੇ ਜਿਹੜਾ ਅਸੀਂ ਜਿਹੜਾ ਫੁਲਕਾਰੀ ਬਾਗ ਕੱਢਦੇ ਹਾਂ ਉਹ ਸਾਡਾ ਪੂਰਾ ਇੱਕ 200+ 200+ ਔਰਤਾਂ ਦਾ ਗਰੁੱਪ ਆ। ਅਸੀਂ ਜਿਹੜਾ ਮਾਝੇ ਦੇ ਵਿੱਚ ਫੁਲਕਾਰੀਆਂ ਨੂੰ ਮੁੜ ਸੁਰਜੀਤ ਕੀਤਾ। ਸੋ ਤੁਹਾਡਾ ਸਵਾਗਤ ਹੈ ਅਗਰ ਤੁਸੀਂ ਫੁਲਕਾਰੀ ਹਾਊਸ ਦੇ ਵਿੱਚ ਆਉਂਦੇ ਹੋ ਅਤੇ ਸਾਡੇ ਤੋਂ ਖਰੀਦਦੇ ਹੋ। ਅਸੀਂ ਬਹੁਤ ਆਪਣੇ ਆਪ ਨੂੰ ਵਡਭਾਗੇ ਸਮਝਾਂਗੇ ਜੇ ਤੁਸੀਂ ਆ ਕੇ ਸਾਡੇ ਤੋਂ ਖਰੀਦਦੇ ਹੋ, ਜਾਂ ਤੁਸੀਂ ਇੰਡੀਆ ਆਏ ਹੋ, ਹੁਣ ਵੀ ਇਹ ਵੀਡੀਓ ਨੂੰ ਵੇਖਦੇ ਪਏ ਹੋ, ਤੁਸੀਂ ਜ਼ਰੂਰ ਇੱਕ ਵਾਰੀ ਫੁਲਕਾਰੀ ਹਾਊਸ 'ਚ ਜ਼ਰੂਰ ਵਿਜ਼ਿਟ ਕਰੋ, ਕਿਉਂਕਿ ਸਾਡਾ ਇਲਾਕਾ ਬਹੁਤ ਛੋਟਾ ਜਿਹਾ, ਅਤੇ ਸੋ ਅਸੀਂ ਇੱਥੋਂ ਫੁਲਕਾਰੀਆਂ ਜਿਹੜੀਆਂ ਹੱਥ ਦੀਆਂ ਜਿਹੜੀਆਂ ਪ੍ਰਜੈਂਟ ਕਰਦੇ ਪਏ ਹਾਂ। ਸੋ ਜ਼ਰੂਰ ਇੱਕ ਵਾਰੀ ਵਿਜ਼ਿਟ ਕਰੋ, ਅਤੇ ਮੈਂ ਲੋਕੇਸ਼ਨ ਜਿਹੜੀ ਹੈ ਤੁਹਾਨੂੰ ਐਡ ਕਰਤੀ ਆ, ਮਤਲਬ ਇਸ ਵੀਡੀਓ ਦੇ ਨਾਲ ਤੁਸੀਂ ਲੋਕੇਸ਼ਨ ਸਿੱਧੀ ਵੀ ਜਿਹੜੀ ਹੈ ਕੈਚ ਕਰਕੇ, ਅਤੇ ਤੁਹਾਨੂੰ ਪਤਾ ਲੱਗ ਜੂਗਾ ਤੁਹਾਡੇ ਏਰੀਏ ਤੋਂ ਸਾਡੀ ਜਿਹੜੀ ਆ ਕਿੰਨੀ ਕੁ ਦੂਰ ਆ। ਸੋ ਆਪਾਂ ਸ਼ੁਰੂਆਤ ਕਰਦੇ ਹਾਂ, ਸਭ ਤੋਂ ਪਹਿਲਾਂ ਅੱਜ ਆਪਾਂ ਸੂਟਾਂ ਦੀ ਸ਼ੁਰੂਆਤ ਕਰਦੇ ਹਾਂ। ਮੈਂ ਤੁਹਾਨੂੰ ਸੂਟ ਵਿਖਾਊਂਗੀ ਕੁਛ ਕਰੇਪ 'ਤੇ ਅਤੇ ਕੁਛ ਚਨੌਨ ਦੇ ਦੁਪੱਟਿਆਂ ਦੇ ਨਾਲ, ਤੁਸੀਂ ਉਹ ਵੇਖ ਸਕਦੇ ਹੋ ਅਤੇ ਉਹ ਨਾਲ ਦੇ ਨਾਲ ਹੀ ਬਾਏ ਕਰ ਸਕਦੇ ਹੋ। ਉਹ ਸਟਿੱਚ ਸੂਟ ਨਹੀਂ ਹੁੰਦੇ, ਤੁਸੀਂ ਸਟਿੱਚ ਆਪਣੇ ਜਿੱਥੇ ਵੀ ਕੋਈ ਏਰੀਏ ਦੇ ਵਿੱਚ ਤੁਸੀਂ ਆਪਣਾ ਐਡਰੈਸ ਦੇ ਕੇ ਮੰਗਵਾ ਸਕਦੇ ਹੋ। ਸੋ ਸ਼ੁਰੂਆਤ ਕਰਦੇ ਹਾਂ ਆਪਾਂ ਸੂਟਾਂ ਤੋਂ ਸ਼ੁਰੂਆਤ। ਸੋ ਆਪਾਂ ਕਲੈਕਸ਼ਨ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿਹੜਾ ਸੂਟ ਵਿਖਾ ਰਹੀ ਹਾਂ ਇਹਦੇ ਨਾਲ ਮਜੈਂਟਾ ਕਲਰ ਦਾ ਦੁਪੱਟਾ ਹੈ। ਸੋ ਮਜੈਂਟਾ ਕਲਰ ਦੇ ਦੁਪੱਟੇ 'ਤੇ ਆਹ ਜਿਹੜੇ ਨਿੱਕੇ ਨਿੱਕੇ ਫੁੱਲ ਆ, ਅਤੇ ਇਹ 5 ਮੀਟਰ ਦਾ ਸੂਟ ਹੋਊਗਾ। ਇਹ ਫੁੱਲ ਸ਼ਰਟ ਜਿਹੜੀ ਹੈ ਮੈਂ ਤੁਹਾਨੂੰ ਦਿਖਾ ਰਹੀ ਹਾਂ, ਇੱਦਾਂ ਮੈਂ ਤੁਹਾਨੂੰ ਆਪਣੇ ਨਾਲ ਵੀ ਲਾ ਕੇ ਦਿਖਾ ਦਿੰਦੀ ਹਾਂ। ਇਹ ਤੁਹਾਡਾ ਗਲਾ ਜਿੰਨਾ ਵੀ ਹੈ ਤੁਸੀਂ ਉਸ ਅਕੋਰਡਿੰਗ ਰੱਖ ਸਕਦੇ ਹੋ। ਸੋ ਇਹਦੀਆਂ ਬਾਜੂ ਵੀ ਮੈਂ ਤੁਹਾਨੂੰ ਦਿਖਾਵਾਂ, ਅਤੇ ਬਾਜੂ ਜਿਹੜੀਆਂ ਅਸੀਂ ਇੰਨੀਆਂ ਇੰਨੀਆਂ ਬਣਾਈਆਂ ਹੋਈਆਂ। ਇਹਦੇ ਨਾਲ ਮਜੰਟਾ ਕਲਰ ਦਾ ਦੁਪੱਟਾ, ਅਤੇ ਆਹ ਜਿਹੜੀਆਂ ਫੁੱਲ ਆ ਇਹ ਦੁਪੱਟੇ 'ਤੇ ਜਿਹੜੇ ਆ ਇੱਕ ਸਿੰਗਲ ਸਿੰਗਲ ਫੁੱਲ ਆ ਟਾਵੇਂ ਟਾਵੇਂ, ਉਹ ਦੁਪੱਟਾ ਤੁਸੀਂ, ਜਾਂ ਅਗਰ ਤੁਹਾਨੂੰ ਇਹਦੇ ਨਾਲ ਕੋਈ ਹੋਰ ਕੰਬੀਨੇਸ਼ਨ ਦਾ ਦੁਪੱਟਾ ਬਣਾਉਣਾ ਤੁਸੀਂ ਉਹ ਵੀ ਬਣਵਾ ਸਕਦੇ ਹੋ ਸਾਡੇ ਤੋਂ। ਸੋ ਸੈਕਿੰਡ ਜਿਹੜਾ ਮੈਂ ਤੁਹਾਨੂੰ ਸੂਟ ਵਿਖਾ ਰਹੀ ਹਾਂ ਅੱਜ, ਸੋ ਸੈਕਿੰਡ ਜਿਹੜਾ ਮੈਂ ਸੂਟ ਦਿਖਾ ਰਹੀ ਹਾਂ, ਇਹ ਸਾਡੇ ਸਾਰੇ ਸੂਟ ਜਿਹੜੇ ਹੈਂਡਮੇਡ ਆ, ਫੁਲਕਾਰੀ ਦੇ ਕੱਢੇ ਹੋਏ ਆ। ਸੋ ਇਹ ਸਾਡੇ ਸਾਰੇ ਹੱਥ ਦੇ ਸੂਟ ਆ। ਇਹ ਸੈਕਿੰਡ ਮੈਂ ਡਿਜ਼ਾਈਨ ਵਿਖਾ ਰਹੀ ਹਾਂ, ਇਹ ਮਹਿੰਦੀ ਕਲਰ ਦੇ ਸੂਟ 'ਤੇ ਜਿਹੜਾ ਬਣਿਆ ਹੋਇਆ, ਇਹਦੇ ਨਾਲ ਆਹ ਵੈਲਵਟ ਦਾ ਦੁਪੱਟਾ ਹੈ। ਸੋ ਵੈਲਵਟ ਦਾ ਸਟੋਲ ਆ ਪ੍ਰੋਪਰ 2.5 ਮੀਟਰ, ਮੈਂ ਤੁਹਾਨੂੰ ਲੈ ਕੇ ਵੀ ਦਿਖਾ ਦਿੰਦੀ ਹਾਂ ਪ੍ਰੋਪਰ, ਇਹ ਇੱਦਾਂ ਦਾ ਲੱਗੇਗਾ। ਸੋ ਰੈੱਡ ਕਲਰ ਦੇ ਸਟੋਲ ਦੇ ਨਾਲ ਜਿਹੜਾ ਮਹਿੰਦੀ ਕਲਰ ਦਾ ਕੰਬੀਨੇਸ਼ਨ, ਬਹੁਤ ਬਿਊਟੀਫੁਲ ਕੰਬੀਨੇਸ਼ਨ ਆ। ਸੋ ਇਹ ਵੇਖ ਸਕਦੇ ਹੋ, ਮੈਂ ਤੁਹਾਨੂੰ ਬੈਕ ਸਾਈਡ ਤੋਂ ਵੀ ਇਸ ਚੀਜ਼ ਨੂੰ ਮੈਂ, ਸੋ ਪੂਰੇ 5 ਮੀਟਰ ਜਿਹੜਾ ਆਪਣਾ ਕੋਲ ਸੂਟ ਆ, ਇਹ ਸਟਿੱਚ ਨਹੀਂ ਆ ਸੂਟ, ਤੁਸੀਂ ਸਟਿੱਚ ਕਰਵਾ ਸਕਦੇ ਹੋ ਆਪਣੇ ਟੇਲਰ ਤੋਂ। ਮੈਂ ਬੈਕ ਸਾਈਡ ਤੋਂ ਵੀ ਇਹਨੂੰ ਦਿਖਾਉਣਾ ਚਾਹੂੰਗੀ, ਬਹੁਤ ਹੀ ਹੈਂਡਮੇਡ ਸਾਫ਼ ਸੁਥਰੇ ਜਿਹੜੇ ਆ ਪਾਰਟੀ ਵੇਅਰ ਸਾਰੇ ਸੂਟ ਆ। ਜਿਹੜੀ ਅੱਜ ਮੈਂ ਕਲੈਕਸ਼ਨ ਦਿਖਾ ਰਹੀ ਹਾਂ ਸਾਰੀ ਪਾਰਟੀ ਵੇਅਰ ਆ, ਤੁਸੀਂ ਨਾਲ ਦੇ ਨਾਲ ਬਾਏ ਕਰ ਸਕਦੇ ਹੋ। ਮੈਂ ਤੁਹਾਨੂੰ ਇਹਦੀ ਬਾਜੂ ਦੀ ਵੀ ਜਿਹੜੀ ਦਿਖਾ ਦਿੰਦੀ ਹਾਂ, ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਸਾਨੂੰ ਜਿਹੜਾ ਮੈਸੇਜ ਕਰ ਸਕਦੇ ਹੋ। ਇਹ ਇਹਦੀਆਂ ਬਾਜੂ ਨੇ, ਸੋ ਇਹ ਦੋਵੇਂ ਬਾਜੂ ਨੇ ਇਹਦੀਆਂ ਬਣੀਆਂ ਹੋਈਆਂ। ਮੈਂ ਇਹਦੀਆਂ ਪੂਰੀਆਂ ਬਾਜੂ ਵੀ ਤੁਹਾਨੂੰ ਦਿਖਾ ਦਿੰਦੀ ਹਾਂ। ਸੋ ਇਹ ਇੱਕ ਸੈਕਿੰਡ ਆਪਣੇ ਕੋਲ ਜਿਹੜਾ ਸੂਟ ਅਤੇ ਮਤਲਬ ਹੈਗਾ ਦੁਪੱਟਾ, ਤੁਹਾਡੀ ਪਾਰਟੀ ਵੇਅਰ ਦੇ ਲਈ ਬੈਸਟ ਕਲੈਕਸ਼ਨ ਆ। ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਨਾਲ ਦੇ ਨਾਲ ਹੀ, ਅਤੇ ਇਹ ਆਪਾਂ ਨਾਲ ਦੇ ਨਾਲ ਹੀ ਆਪਾਂ ਤੁਹਾਨੂੰ ਕੁਰੀਅਰ ਕਰਾ ਦਾਂਗੇ, ਤੁਸੀਂ ਆਪਣੇ ਟੇਲਰ ਕੋਲ ਜਿਹੜੇ ਆ ਸਵਾ ਸਕਦੇ ਹੋ। ਥਰਡ ਮੇਰੇ ਕੋਲ ਸੂਟ ਹੈਗਾ, ਤੁਸੀਂ ਅਗਰ ਪਾਰਟੀ ਵੇਅਰ ਨਹੀਂ ਵੀ ਲੈਣਾ ਤਾਂ ਤੁਸੀਂ ਆਮ ਸਿੰਪਲ ਕਈ ਓਲਡ ਏਜ ਪਰਸਨ ਜਿਹੜੇ ਆ, ਜਾਂ ਜਿਨ੍ਹਾਂ ਦੀ ਮਤਲਬ ਤੁਸੀਂ ਆਪਣੀ ਗ੍ਰੈਂਡ ਮਦਰ ਨੂੰ, ਮਦਰ ਨੂੰ, ਜਾਂ ਕੋਈ ਵੀ ਲਾਈਟ ਕਲਰ ਦਾ ਪਸੰਦ ਕਰਦਾ, ਲਾਈਟ ਕਲਰ ਕੋਈ ਪਸੰਦ ਕਰਦਾ। ਪਹਿਲਾਂ ਮੈਂ ਸੂਟ ਦਿਖਾਵਾਂ ਫਿਰ ਤੁਹਾਨੂੰ ਦੁਪੱਟਾ। ਸੋ
ਸੂਟ ਬੇਬੀ ਪਿੰਕ ਤੇ ਕਲਰ ਦੇ ਨਾਲ ਤੇ ਨਾਲ ਥੋੜੇ ਜਿਹੇ ਅਸੀਂ ਜਿਹੜਾ ਮੋਰ ਪੰਖੀਆ ਕਲਰ ਪਾਇਆ ਤੇ ਬਹੁਤ ਸੋਹਣਾ ਕੰਬੀਨੇਸ਼ਨ ਦੇ ਨਾਲ ਤੁਸੀਂ ਡੇਲੀ ਵੇਅਰ ਦੇ ਵਿੱਚ ਵੀ ਪਾਉਣਾ ਜਾਂ ਪਾਰਟੀ ਵੇਅਰ ਵੀ ਪਾਉਣਾ ਅਗਰ ਤੁਸੀਂ ਜਿਆਦਾ ਐਮਬਰਾਇਡਰਡ ਨਹੀਂ ਸੂਟ ਪਾਉਂਦੇ। ਸੋ ਇਹਦੇ ਨਾਲ ਤੁਸੀਂ ਇਹਨੂੰ ਬੈਨ ਵਾਲੇ ਕੁੜਤਾ ਬਣਾ ਕੇ ਜਾਂ ਪਲਾਜ਼ੋ ਅੱਜ ਕੱਲ ਜਿਹੜੇ ਚੱਲਦੇ ਆ ਉਹ ਬਣਾ ਸਕਦੇ ਹੋ ਜੇ ਕਿਸੇ ਨੇ ਸਿੰਪਲ ਸਲਵਾਰ ਸੂਟ। ਇਹਦੇ ਨਾਲ ਮਲਮਲ ਦਾ ਦੁਪੱਟਾ, ਮਸਲੀਨ ਦਾ ਦੁਪੱਟਾ ਇਹਦੇ ਨਾਲ ਤੇ ਤੁਸੀਂ ਵੇਖ ਸਕਦੇ ਹੋ। ਇਹ ਮੈਂ ਡਿਜ਼ਾਈਨ ਤੁਹਾਨੂੰ ਬਹੁਤ ਨਜ਼ਦੀਕ ਦੀ ਦਿਖਾ ਰਹੀ ਹਾਂ। ਸੋ ਇਹੋ ਹੀ ਦੁਪੱਟੇ ਦੀ ਫੋਰ ਸਾਈਡਡ ਤੇ ਸੋ ਦੁਪੱਟੇ ਦੀ ਫੋਰ ਸਾਈਡਡ ਤੇ ਪੂਰੀ ਆ, ਤੁਹਾਨੂੰ ਪੂਰੀ ਨਹੀਂ ਆਉਣੀ ਪਰ ਮੈਂ ਤੁਹਾਨੂੰ ਫਿਰ ਵੀ ਇੱਕ ਆਈਡੀਆ ਜਿਹਾ ਮਿਲ ਜਾਂਦਾ ਕਿ ਕਿੱਦਾਂ ਦਾ ਦੁਪੱਟਾ। ਦੁਪੱਟਾ ਵੀ ਖੁੱਲ੍ਹਾ ਡੁੱਲਾ ਜਿਹੜਾ ਮਸਲੀਨ ਤੇ ਦੁਪੱਟਾ ਹੈ। ਸੋ ਇਹ ਆਪਣੇ ਕੋਲ ਵੀ ਜਿਹੜੀ ਇੱਕ ਪਾਰਟੀ ਵੇਅਰ ਕਹਿ ਲਓ, ਸਿੰਪਲ ਕਹਿ ਲਓ, ਫੋਰਮਲ ਕਹਿ ਲਓ, ਇਨਫੋਰਮਲ ਕਹਿ ਲਓ, ਇਹ ਕਲੈਕਸ਼ਨ ਆ। ਸੋ ਇਹ ਆਪਣੇ ਕੋਲ ਕਾਟਨ ਤੇ ਕਲੈਕਸ਼ਨ ਆ। ਸੋ ਆਪਣੇ ਕੋਲ ਥਰਡ ਜਿਹੜੀ ਆ ਇਹ ਹੈਗੀ ਆ ਕਾਟਨ ਤੇ ਫੋਰਥ ਜਿਹੜੀ ਆ ਸੂਟ ਹੈਗਾ। ਇਹ ਵੀ 5 ਮੀਟਰ ਜਿੰਨੇ ਵੀ ਸੂਟ ਅੱਜ ਤੁਹਾਨੂੰ ਦਿਖਾ ਰਹੀ ਹਾਂ ਸਾਰੇ 5 ਮੀਟਰ ਆ। ਅਗਰ ਕਿਸੇ ਦਾ ਮਤਲਬ ਕਿਸੇ ਨੂੰ ਜ਼ਿਆਦਾ ਕੱਪੜਾ ਲੈ ਸਕਦਾ ਉਹ ਤੁਸੀਂ ਐਕਸਟਰਾ ਪੇ ਕਰਕੇ ਜਿਹੜਾ ਲੈ